ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਛ ਗੱਲ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅਨਅਕੈਡਮੀ ਪੰਜਾਬ ਲੈਟਸ ਕਰੈਕ ਪੰਜਾਬ ਐਗਜ਼ਾਮ ਸੇ ਤੇ ਹਾਂਜੀ ਬੱਚਾ ਤੁਹਾਡਾ ਈਡੀਅਮ ਲਾਈਨ ਤੇ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਇਸ ਦੇ ਵਿੱਚ ਆਪਾਂ ਨਵੇਂ ਈਡੀਅਮਸ ਕਰਾਂਗੇ ਸੋ ਲੈਟਸ ਗੈਟ ਸਟਾਰਟਡ ਸੋ ਫਸਟ ਈਡੀਅਮ ਹੈ ਸਾਡੇ ਕੋਲ ਐਨ ਐਕਸ ਟੂ ਗ੍ਰਾਈਂਡ ਹਾਂਜੀ ਤੁਹਾਨੂੰ ਸਾਫ ਪਤਾ ਲੱਗ ਹੀ ਰਿਹਾ ਹੈ ਇਹੋ ਜਿਹੇ ਬੰਦੇ ਨੂੰ ਕੀ ਕਹਿੰਦੇ ਆ ਅ ਪਰਸਨ ਹੂ ਹੈਜ਼ ਐਨ ਐਕਸ ਟੂ ਗ੍ਰਾਈਂਡ ਇਹਦਾ ਮਤਲਬ ਕਿ ਉਹ ਕੀ ਹੈ ਬੰਦਾ ਸੈਲਫਿਸ਼ ਹੈ ਯਾਨੀ ਕਿ ਇੱਥੇ ਸੈਕਿੰਡ ਆਪਸ਼ਨ ਜਿਹੜੀ ਤੁਹਾਡੀ ਰਾਈਟ ਬਣੇਗੀ ਕਿ ਤੁਹਾਡਾ ਕੋਈ ਸੈਲਫਿਸ਼ ਮੋਟਿਵ ਹੈ ਕੋਈ ਸੈਲਫਿਸ਼ ਮੋਟਿਵ ਹੈ ਕੋਈ ਕੰਮ ਕਰਨ ਦਾ ਠੀਕ ਹੈ ਐਵੇਂ ਹੀ ਅਸੀਂ ਮਿੱਠੇ ਮਿੱਠੇ ਪਿਆਰੇ ਪਿਆਰੇ ਨਹੀਂ ਹੋ ਰਹੇ ਕਿਸੇ ਦੇ ਨਾਲ ਸਾਡਾ ਆਪਣਾ ਕੋਈ ਰੌਲਾ ਹੈਗਾ ਵਿੱਚ ਅਸੀਂ ਆਪਣਾ ਕੋਈ ਸੈਲਫਿਸ਼ ਮੋਟਿਵ ਜਿਹੜਾ ਹੈ ਉਹ ਅਸੀਂ ਕੀ ਕਰਨਾ ਚਾਹੁੰਦੇ ਹਾਂ ਪੂਰਾ ਕਰਨਾ ਚਾਹੁੰਦੇ ਹਾਂ ਠੀਕ ਹੈ ਸੋ ਦੈਟ ਮੀਨਸ ਯੂ ਪੀਪਲ ਹੈਵ ਐਨ ਐਕਸ ਟੂ ਗ੍ਰਾਈਂਡ ਓਕੇ ਚਲੋ ਨੈਕਸਟ ਹੈ ਵਾਂਸ ਇਨ ਅ ਬਲੂ ਮੂਨ ਹਾਂਜੀ ਵੈਨ ਯੂ ਡੂ ਸਮਥਿੰਗ ਵਾਂਸ ਇਨ ਅ ਬਲੂ ਮੂਨ ਇਹਦਾ ਮਤਲਬ ਕਿ ਤੁਸੀਂ ਉਹਨੂੰ ਕਦੀ ਕਦੀ ਹੀ ਕਰਦੇ ਹੋ ਠੀਕ ਹੈ ਤੁਸੀਂ ਉਹਨੂੰ ਕਦੀ ਕਦੀ ਹੀ ਕਰਦੇ ਹੋ ਸੋ ਵਾਂਸ ਇਨ ਅ ਬਲੂ ਮੂਨ ਜਿੱਦਾਂ ਆਪਾਂ ਕਹਿੰਦੇ ਨਾ ਈਦ ਦਾ ਚੰਦ ਹੁਣ ਈਦ ਦਾ ਚੰਦ ਜਿਹੜਾ ਉਹ ਕਦੀ ਕਦੀ ਹੀ ਆਉਂਦਾ ਹੈ ਨਾ ਹਰ ਰੋਜ਼ ਤਾਂ ਆਉਂਦਾ ਨਹੀਂ ਆ ਸੋ ਸਿਮੀਲਰਲੀ ਵੈਨ ਯੂ ਡੂ ਸਮਥਿੰਗ ਵਾਂਸ ਇਨ ਅ ਬਲੂ ਮੂਨ ਇਹਦਾ ਮਤਲਬ ਕਿ ਤੁਸੀਂ ਉਹ ਕੰਮ ਕਦੀ ਕਦੀ ਕਰਦੇ ਹੋ ਰੋਜ਼ਮਰਾ ਦੀ ਜ਼ਿੰਦਗੀ 'ਚ ਨਹੀਂ ਕਰਦੇ ਸੋ ਦੇਖੋ ਇਹਦਾ ਹੁਣ ਆਪਸ਼ਨ ਕੀ ਆ ਜਾਏਗੀ ਐਨ ਇਵੈਂਟ ਵਿਚ ਹੈਪਨਸ ਵੈਰੀ ਰੇਅਰਲੀ ਮਤਲਬ ਕਦੀ ਹੋ ਗਿਆ ਤੇ ਹੋ ਗਿਆ ਕੋਈ ਐਸਾ ਇਵੈਂਟ ਠੀਕ ਹੈ ਸੋ ਇੱਥੇ ਕੀ ਆ ਜਾਏਗੀ ਬੱਚਾ ਇੱਥੇ ਸੀ ਆਪਸ਼ਨ ਜਿਹੜੀ ਸਾਡੀ ਆ ਜਾਏਗੀ ਚਲੋ ਨੈਕਸਟ ਹਾਂਜੀ ਨੈਕਸਟ ਹੈ ਕੌਕ ਐਂਡ ਅ ਬੁਲ ਸਟੋਰੀ ਅਗਰ ਮੈਂ ਤੁਹਾਨੂੰ ਕਹਾਂ ਕੌਕ ਐਂਡ ਬੁਲ ਸਟੋਰੀ ਦੇ ਵਿੱਚ ਕਿ ਇਹ ਜਿਹੜਾ ਕੌਕ ਹੈ ਦਾ ਬੁਲ ਦੇ ਨਾਲ ਵਿਆਹ ਹੋ ਗਿਆ ਕੈਨ ਯੂ ਬਿਲੀਵ ਇਟ ਕੈਨ ਯੂ ਬਿਲੀਵ ਇਟ ਤੁਸੀਂ ਬਿਲੀਵ ਕਰੋਗੇ ਕਰ ਸਕਦੇ ਹੋ ਕਿ ਤੁਸੀਂ ਇਹਨੂੰ ਬਿਲੀਵ ਨਹੀਂ ਕਰ ਸਕਦੇ ਇਟ ਇਜ਼ ਸਮਥਿੰਗ ਕਿ ਆਪਾਂ ਕੀ ਕਹਿ ਸਕਦੇ ਹਾਂ ਇਹਨੂੰ ਅਨਬਿਲੀਵੇਬਲ ਹੈ ਨਾ ਇਹਨਾਂ ਦੋਨਾਂ ਦਾ ਵਿਆਹ ਥੋੜ੍ਹੀ ਨਾ ਹੋ ਸਕਦਾ ਯਾਰ ਸੋ ਇਹ ਕੀ ਹੋ ਗਿਆ ਅਨਬਿਲੀਵੇਬਲ ਸੋ ਕੋਈ ਐਸੀ ਚੀਜ਼ ਇੱਥੇ ਆਪਸ਼ਨ ਕੀ ਹੈਗੀ ਹੈ ਐਨ ਅਨਬਿਲੀਵੇਬਲ ਸਟੋਰੀ ਗਿਵਨ ਐਜ ਐਨ ਐਕਸਪਲੇਨੇਸ਼ਨ ਔਰ ਐਕਸਕਿਊਜ਼ ਕਿ ਮੰਨ ਲਓ ਮੈਂ ਕਹਿ ਰਹੀ ਹਾਂ ਕਿ ਮੈਂ ਮੀਟਿੰਗ 'ਚ ਇਸ ਕਰਕੇ ਲੇਟ ਹੋ ਗਈ ਕਿਉਂਕਿ ਕਿਉਂਕਿ ਮੈਂ ਹੈ ਨਾ ਇੱਕ ਮੱਖੀ ਆ ਕੇ ਬੈਠ ਗਈ ਸੀ ਮੇਰੀ ਕਾਰ ਦੇ ਅੱਗੇ ਤੇ ਉਹਦੀ ਉਹਦੇ ਭਾਰ ਦੇ ਨਾਲ ਮੇਰੀ ਗੱਡੀ ਜਿਹੜੀ ਆ ਉਹ ਟੁੱਟ ਗਈ ਏਦਾਂ ਹੋ ਸਕਦਾ ਮਤਲਬ ਇਟ ਇਜ਼ ਸਮਥਿੰਗ ਰਿਡੀਕੁਲਸ ਹੈ ਨਾ ਰਿਡੀਕੁਲਸ ਸੋ ਇੱਥੇ ਕਹਿ ਜਾਏਗਾ ਐਨ ਅਨਬਿਲੀਵੇਬਲ ਸਟੋਰੀ ਟੂ ਮੇਕ ਐਨ ਐਕਸਕਿਊਜ਼ ਚਲੋ ਨੈਕਸਟ ਹੈ ਅ ਪੀਸ ਆਫ ਕੇਕ ਹਾਂਜੀ ਅ ਪੀਸ ਆਫ ਕੇਕ ਇਹਦਾ ਮਤਲਬ ਕੀ ਹੁੰਦਾ ਹੈ ਕੋਈ ਐਸੀ ਚੀਜ਼ ਕੋਈ ਐਸਾ ਕੰਮ ਜਿਹੜਾ ਕਿ ਕਰਨ ਦੇ ਵਿੱਚ ਜਮਾ ਹੀ ਆਸਾਨ ਹੁੰਦਾ ਆਪਾਂ ਕਹਿੰਦੇ ਇਹ ਤਾਂ ਮੇਰੇ ਬਾਏ ਹੱਥ ਦਾ ਖੇਲ ਹੈ ਇੰਗਲਿਸ਼ ਕਰਨਾ ਤਾਂ ਮੇਰੀ ਬਾਏ ਹੱਥ ਦਾ ਖੇਲ ਹੈ ਸੋ ਸਿਮੀਲਰਲੀ ਅ ਪੀਸ ਆਫ ਕੇਕ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਬੱਚਾ ਅ ਪੀਸ ਆਫ ਕੇਕ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਸਮਥਿੰਗ ਈਜ਼ੀ ਠੀਕ ਹੈ ਸਮਥਿੰਗ ਵਿਚ ਇਜ਼ ਵੈਰੀ 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 ਈਜ਼ੀ ਉਹ ਕੀ ਹੋ ਜਾਂਦਾ ਇਟਸ ਅ ਪੀਸ ਆਫ ਕੇਕ ਆਈ ਕੈਨ ਡੂ ਇਟ ਸੋ ਇਹਦੇ ਵਾਸਤੇ ਇੱਕ ਹੋਰ ਈਡੀਅਮ ਅਸੀਂ ਯੂਜ਼ ਕਰਦੇ ਹਾਂ ਉਹ ਕੀ ਹੈਗਾ ਹੈ ਚਾਈਲਡਸ ਪਲੇ ਕੀ ਹੈ ਚਾਈਲਡਸ ਪਲੇ ਸੋ ਬੱਚਿਆਂ ਦਾ ਖੇਡ ਆਪਾਂ ਕਹਿੰਦੇ ਹਾਂ ਤੇ ਯਾਰ ਇਟਸ ਅ ਚਾਈਲਡਸ ਪਲੇ ਤਾਂ ਬੱਚਿਆਂ ਦਾ ਖੇਡ ਹੈ ਇਹ ਤਾਂ ਮੈਂ ਕਰ ਹੀ ਲੈਣਾ ਇਹ ਕੀ ਹੈ ਬੱਚਿਆਂ ਦਾ ਖੇਡ ਹੈ ਇਹ ਤਾਂ ਮੈਂ ਕਰ ਹੀ ਲਵਾਂਗੀ ਇੱਕ ਹੋਰ ਹੁੰਦਾ ਹੈ ਇੱਕ ਹੋਰ ਹੁੰਦਾ ਹੈ ਕੇਕ ਵਾਕ ਇਟ ਵਾਸ ਅ ਕੇਕ ਵਾਕ ਹੈ ਨਾ ਕੇਕ ਵਾਕ ਕੇਕ ਵਾਕ ਕੇਕ ਵਾਕ ਵੀ ਜਿਹੜੀ ਹੁੰਦੀ ਨਾ ਇਹਦਾ ਵੀ ਮਤਲਬ ਕੀ ਹੈ ਈਜ਼ੀ ਸੋ ਇਹ ਵੀ ਕੀ ਹੈ ਸਾਡੇ ਕੋਲ ਈਡੀਅਮ ਹੀ ਹੈ ਸੋ ਤਿੰਨ ਈਡੀਅਮ ਹੈ ਜਿਹੜੇ ਕਿ ਈਜ਼ੀ ਕੰਮ ਨੂੰ ਦਰਸਾਉਣ ਵਾਸਤੇ ਅਸੀਂ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਸੋ ਕੇਕ ਵਾਕ ਹੋ ਗਿਆ ਚਾਈਲਡਸ ਪਲੇ ਹੋ ਗਿਆ ਪੀਸ ਆਫ ਕੇਕ ਹੋ ਗਿਆ ਚਲੋ ਨੈਕਸਟ ਹਾਂਜੀ ਨੈਕਸਟ ਹੈ ਸਾਡੇ ਕੋਲ ਹੈਂਡ ਇਨ ਗਲਵ ਹੈਂਡ ਇਨ ਗਲਵ ਦਾ ਮਤਲਬ ਕਿ ਦੇਖੋ ਜਦੋਂ ਆਪਾਂ ਹੱਥ ਤੇ ਆਪਾਂ ਗਲਵ ਚੜਾ ਲੈਂਦੇ ਹਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਹੀ ਉਹ ਸਾਡੇ ਬਿਲਕੁਲ ਨਾਲ ਜੁੜਿਆ ਹੁੰਦਾ ਨਾ ਕਲੋਜ਼ ਹੁੰਦਾ ਸਾਡੇ ਇਹਦਾ ਮਤਲਬ ਕਿ ਕਲੋਜ਼ ਆਪਾਂ ਐਸੋਸੀਏਸ਼ਨ ਦੇ ਵਿੱਚ ਜਦੋਂ ਕਿਸੇ ਨਾਲ ਕੰਮ ਕਰਦੇ ਹਾਂ ਹੈ ਨਾ ਸੋ ਇੱਥੇ ਕੀ ਆ ਜਾਏਗਾ ਵਰਕ ਇਨ ਕਲੋਜ਼ ਐਸੋਸੀਏਸ਼ਨ ਵਿਦ ਸਮਵਨ ਠੀਕ ਹੈ ਬਹੁਤ ਹੀ ਨੇੜੇ ਰਹਿ ਕੇ ਮਤਲਬ ਕਿ ਪੂਰੀ ਇੱਕ ਟੀਮ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ ਸੋ ਉਹ ਕੀ ਹੋ ਗਿਆ ਹੈਂਡ ਇਨ ਗਲਵ ਚਲੋ ਨੈਕਸਟ ਹੈ ਗਿਫਟ ਆਫ ਦ ਗੈਬ ਗਿਫਟ ਆਫ ਦ ਗੈਬ ਕੋਈ ਜਿਹੜਾ ਹੈ ਬਹੁਤ ਹੀ ਫਲੂਐਂਟ ਸਪੀਕਰ ਹੁੰਦਾ ਚੈਂ 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 ਕਰਦਾ ਰਹਿੰਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਗਿਫਟ ਆਫ ਦ ਗੈਬ ਦੈਟ ਪਰਸਨ ਹੈਜ਼ ਅ ਗਿਫਟ ਆਫ ਗੈਬ ਵੀ ਕੈਨ ਯੂਜ਼ ਹਿਮ ਇਨ ਦ ਡਿਬੇਟ ਕੰਪੀਟੀਸ਼ਨ ਕਿ ਉਹ ਬੋਲਣ ਦੇ ਵਿੱਚ ਬਹੁਤ ਅੱਛਾ ਹੈ ਸੋ ਡਿਬੇਟ ਕੰਪੀਟੀਸ਼ਨ ਦੇ ਵਿੱਚ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ ਠੀਕ ਹੈ ਸੋ ਇੱਥੇ ਕੀ ਆ ਜਾਏਗਾ ਫਲੂਐਂਟ ਸਪੀਕਰ ਠੀਕ ਹੈ ਚਲੋ ਨੈਕਸਟ ਹੈ
टू कॉस्ट एन आर्म एंड अ लेग। हाँ जी, इहदा मतलब की है टू कॉस्ट एन आर्म एंड अ लेग, कि जदों सानूं कोई चीज़ जिहड़ी बहुत ही महंगी पै रही है तो असीं की कह दिंदे आ कि यार ये तो मैनूं जिहड़ी मैनूं तो अपनी है ना लत्तां बाहवां दे के फिर आ खरीदनी पई है ना। आईफोन वास्ते जो आपां कहिंदे ना हमेशा एक जोक जिहा वरदा, हाँ मैं चला अपनी किडनी वेचण फिर तैनूं मैं आईफोन लै देना, यानी कि कोई चीज़ इन्नी महंगी है तुहानूं शरीर दे अंग वेचने पै रहे अपने, ठीक है। सो इत्थे की आ जाएगा वेरी वेरी एक्सपेंसिव, ठीक है। सो थर्ड वुड बी द राइट आंसर, ठीक है, थर्ड वुड बी द राइट आंसर। और जो बच्चे रिकॉर्डिंग देखते हैं ना हैगी तो उन्होंने पता लग ही गया होना, तो रिकॉर्डिंग जो बच्चे देखते हैं ना वो एक काम करया करो कमेंट सैक्शन आंसर दया करो, एवं बस ना उल्लू बन के वेख देना रहा करो, ठीक है। तो फिर मिलेंगे आप नैक्सट ईडीएम सैशन के, टिल दैन बाय, टेक केयर, बाय बाय।